ਐਸੀ ਹੈ ਏਡੀਜੀ ਵੀ ਬੈਠੇ ਨੇ ਉਹਨਾਂ ਦੀ ਸਰਪ੍ਰਸਤੀ ਹੇਠ ਇਹ ਫੌਜ ਅੱਜ ਤੋਂ ਇਸ ਜ਼ਿਲ੍ਹਾ ਕਪੂਰਥਲਾ ਵਿੱਚ ਇਹ ਸ਼ਪਥ ਲਏਗੀ ਕਿ ਜਿਹੜੇ ਪਿੰਡ ਐਸ ਐਸ ਪੀ ਸਾਹਿਬ ਨੇ ਸਾਨੂੰ ਦੱਸੇ ਨੇ ਕਿ ਪੁਲਿਸ ਦੇ ਸਿਵਲ ਦਾ ਇੱਕ ਕੋਂਬੋ ਓਪਰੇਸ਼ਨ ਕਿ ਖਬਰਦਾਰ ਕਿ ਇਹ ਜਿਹੜੇ 16-17 ਪਿੰਡ ਨੇ ਖਾਸ ਕਰਕੇ ਜਿਨ੍ਹਾਂ ਨੂੰ ਆਇਆ ਨਾ ਕੋਈ ਇੱਥੇ ਆਵੇ ਨਾ ਕੋਈ ਵੇਚੇ ਨਾ ਕੋਈ ਸਿੱਖ ਬੰਦਾ ਆਵੇ ਅਤੇ ਉਹਨਾਂ ਦੀਆਂ ਅਸੀਂ ਕਹਿ ਲਓ ਕਿ ਛਲਾਂਗਾ ਲਗਾ ਲਈਏ ਕਿ ਇਸ ਪਿੰਡ ਵਿੱਚ ਜਿਹੜੇ ਕਿ ਹੌਟਸਪੋਟ ਬਣੇ ਗਏ ਸੀ ਉਹਨਾਂ ਨੂੰ ਕੋਲਡ ਸਪੋਟ ਕਰਦਾ ਜਾਵੇ ਕਿ ਫੌਜ ਅਸੀਂ ਕਰ ਕਿਹਾ ਹੁਣ ਮੈਂ ਬੇਨਤੀ ਕਰਾਂਗਾ ਸਾਰੇ ਹੀ ਨਸ਼ਾ ਮੁਕਤੀ ਦਲ ਦੇ ਜਿਹੜੇ ਨੌਜਵਾਨ ਸਾਡੇ ਵੀਰ ਨੇ ਉਹ ਇੱਕ ਸ਼ਬਦ ਰਹਿਣਗੇ ਮੈਂ ਬੋਲਾਂਗਾ ਉਹਦੇ ਪਿੱਛੇ ਪਿੱਛੇ ਉਹ ਬੋਲਣਗੇ ਨਸ਼ਾ ਮੁਕਤੀ ਦਲ ਦੇ ਵਲੰਟੀਅਰਾਂ ਵੱਲੋਂ ਚੁੱਕੀ ਜਾਣ ਵਾਲੀ ਸਹੁੰ ਮੈਨੂੰ ਜ਼ਿਲ੍ਹਾ ਪ੍ਰਸ਼ਾਸਨ ਆਵਾਜ਼ ਨਹੀਂ ਆ ਰਹੀ ਤਕੜੇ ਹੋ ਕੇ ਮੈਨੂੰ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਤਹਿਤ ਆਪਣੇ ਪਿੰਡ ਦੀ ਨਸ਼ੇ ਤੋਂ ਰਾਖੀ ਕਰਨ ਲਈ ਗਠਿਤ ਕੀਤੇ ਗਏ ਨਸ਼ਾ ਮੁਕਤੀ ਦਲ ਦਾ ਵਲੰਟੀਅਰ ਬਣਾਇਆ ਗਿਆ ਹੈ। ਮੈਂ ਸਹੁੰ ਖਾਂਦਾ ਹਾਂ ਕਿ ਨਾ ਤਾਂ ਮੈਂ ਆਪ ਖੁਦ ਨਸ਼ਾ ਕਰਾਂਗਾ ਅਤੇ ਜੇਕਰ ਮੇਰੀ ਨਜ਼ਰ ਵਿੱਚ ਕੋਈ ਨਸ਼ੇ ਦੀ ਵਰਤੋਂ ਕਰਨ ਵਾਲਾ ਵਿਅਕਤੀ ਆਉਂਦਾ ਹੈ ਤਾਂ ਉਸ ਨੂੰ ਨਸ਼ੇ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰਾਂਗਾ। ਮੈਂ ਆਪਣੇ ਪਿੰਡ ਦੇ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਾਂਗਾ। ਜੇਕਰ ਮੇਰੇ ਧਿਆਨ ਵਿੱਚ ਨਸ਼ਾ ਵੇਚਣ ਬਾਬਤ ਕੋਈ ਸੂਚਨਾ ਆਉਂਦੀ ਹੈ ਜਾਂ ਕਿਸੇ ਸ਼ੱਕੀ ਵਿਅਕਤੀ ਬਾਰੇ ਪਤਾ ਲੱਗਦਾ ਹੈ ਤਾਂ ਮੈਂ ਇਸ ਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਦੇਵਾਂਗਾ। ਮੈਂ ਆਪਣੀ ਸਵੈ ਇੱਛਾ ਨਾਲ ਆਪਣੇ ਪਿੰਡ ਦੀ ਭਲਾਈ ਲਈ ਨਸ਼ਾ ਮੁਕਤੀ ਦਲ ਦਾ ਵਲੰਟੀਅਰ ਬਣਿਆ ਹਾਂ। ਮੈਂ ਆਪਣੇ ਪਿੰਡ ਦੀ ਨਸ਼ੇ ਤੋਂ ਰਾਖੀ ਲਈ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਜਾਂ ਸ਼ਾਮ 5 ਵਜੇ ਤੋਂ ਸਵੇਰੇ 5 ਵਜੇ ਤੱਕ ਫੀਲਡ ਵਿੱਚ ਤੈਨਾਤ ਰਹਾਂਗਾ। ਮੈਨੂੰ ਆਪਣੇ ਪਿੰਡ ਜ਼ਿਲ੍ਹਾ ਕਪੂਰਥਲਾ ਪੰਜਾਬ ਅਤੇ ਭਾਰਤ ਦੇਸ਼ ਦਾ ਵਸਨੀਕ ਹੋਣ 'ਤੇ ਮਾਣ ਹੈ। ਇਸ ਗੱਲ ਦਾ ਵੀ ਮਾਣ ਹੈ ਕਿ ਨਸ਼ੇ ਦੇ ਵਿਰੁੱਧ ਲੜੀ ਜਾ ਰਹੀ ਲੜਾਈ ਵਿੱਚ ਆਪਣਾ ਯੋਗਦਾਨ ਪਾਉਣ ਦਾ ਮੈਨੂੰ ਮੌਕਾ ਦਿੱਤਾ ਗਿਆ ਹੈ। ਜੈ ਹਿੰਦ ਜੈ ਹਿੰਦ ਜੈ ਹਿੰਦ। ਥੈਂਕ ਯੂ। ਥੈਂਕ ਯੂ ਸਰ।